ਵਿੱਚ ਆਪਣੇ ਹੋਟਲ ਤੋਂ ਚੈੱਕਆਊਟ ਕਰ ਲਿਆ ਸੀਗਾ ਅਤੇ ਹੁਣ ਅਸੀਂ ਜਾ ਰਹੇ ਹਾਂ ਵਾਰਸੋ ਦੇ ਸੈਂਟਰਲ ਟ੍ਰੇਨ ਸਟੇਸ਼ਨ ਦੇ ਉੱਤੇ ਕਿਉਂਕਿ ਅਸੀਂ ਹੁਣ ਜਾ ਰਹੇ ਹਾਂ ਪੋਲੈਂਡ ਦੇ ਬਿਆਵਿਸਟੋਕ ਸ਼ਹਿਰ 'ਚ ਜਿੱਥੋਂ ਮਾਰਤਾ ਬਿਲੋਂਗ ਕਰਦੀ ਆ ਅਤੇ ਵੈਸੇ ਤਾਂ ਇੱਥੋਂ ਬੱਸ ਵੀ ਜਾਂਦੀ ਹੈਗੀ ਆ ਵਾਰਸੋ ਤੋਂ ਬਿਆਵਿਸਟੋਕ ਦੇ ਲਈ ਪਰ ਬੱਸ 'ਚ 40 ਕੁ ਰੋਟੀਆਂ ਲੱਗਦੀਆਂ ਨੇ ਅਤੇ ਟਾਈਮਿੰਗ ਜਿਹੜੀ ਹੈਗੀ ਆ ਬੱਸ ਦੇ ਵਿੱਚ 3.5 ਘੰਟੇ ਲੱਗ ਜਾਂਦੇ ਆ ਵਾਰਸੋ ਤੋਂ ਬਿਆਵਿਸਟੋਕ ਤੱਕ ਪਰ ਜੇ ਆਪਾਂ ਬਾਈ ਟ੍ਰੇਨ ਜਾਂਦੇ ਹਾਂ ਉਹਦੀ ਟਿਕਟ ਮੇਰੇ ਹਿਸਾਬ ਨਾਲ ਸਸਤੀ ਹੈਗੀ ਆ ਬਾਕੀ ਜਾ ਕੇ ਪਤਾ ਲੱਗੂਗਾ ਟ੍ਰੇਨ ਸਟੇਸ਼ਨ 'ਤੇ ਮੇ ਵੀ ਮਹਿੰਗੀ ਵੀ ਹੋ ਸਕਦੀ ਹੈ ਕੋਈ ਪਤਾ ਨਹੀਂ ਹੈਗਾ ਤੁਹਾਨੂੰ ਦੱਸੂਗਾ ਜਿੱਦਾਂ ਵੀ ਟਿਕਟ ਮਿਲੀ ਉੱਥੋਂ ਅਤੇ ਟ੍ਰੇਨ 'ਚ ਇੱਦਾਂ ਵੀ ਟ੍ਰੇਨ 'ਚ ਘੱਟ ਟਾਈਮ ਲੱਗਦਾ ਆ 2-2.5 ਘੰਟੇ ਲੱਗਦੇ ਮੇਰੇ ਹਿਸਾਬ ਨਾਲ ਹਾਓ ਲੌਂਗ ਟਾਈਮ ਟੇਕ ਟ੍ਰੇਨ ਹੋਵੇਗੀ ਓਕੇ 2 ਘੰਟੇ 20 ਮਿੰਟ ਲੱਗਦੇ ਆ ਵਾਰਸੋ ਤੋਂ ਬਿਆਵਿਸਟੋਕ ਦੇ ਲਈ ਅਤੇ ਅਸੀਂ ਬੈਟਰ ਸਮਝਿਆ ਬਾਈ ਟ੍ਰੇਨ 'ਚ ਆਉਂਦੇ ਹਾਂ ਕਿਉਂਕਿ ਬੱਸ 'ਚ ਜ਼ਿਆਦਾ ਟਾਈਮ ਖਰਾਬ ਹੋਣਾ ਆ ਹੈਗਾ ਵਾਰਸੋ ਦਾ ਸੈਂਟਰ ਟ੍ਰੇਨ ਸਟੇਸ਼ਨ ਇੱਥੋਂ ਟਿਕਟਾਂ ਵਗੈਰਾ ਮਿਲ ਜਾਂਦੀਆਂ ਜਿੱਥੇ ਵੀ ਜਾਣਾ ਆਪਾਂ ਪੋਲੈਂਡ 'ਚ ਜਾਣਾ ਜਾਂ ਫਿਰ ਕਿਤੇ ਹੋਰ ਯੂਰੋਪੀਅਨ ਕੰਟਰੀ ਜਾਣਾ ਇੱਥੋਂ ਸਾਰੀਆਂ ਟਿਕਟਾਂ ਟੁਕਟਾਂ ਮਿਲ ਜਾਂਦੀਆਂ ਹੁਣ ਆਪਾਂ ਇੱਥੇ ਜਾ ਕੇ ਟਿਕਟ ਦੇਵਾਂਗੇ ਕਿਊ 'ਚ ਲੱਗਣਾ ਪੈਣਾ ਪਹਿਲਾਂ ਜਾ ਕੇ ਅਸੀਂ ਆਪਣੀ ਟਿਕਟ ਲੈ ਲਈ ਆ ਟ੍ਰੇਨ ਦੀ ਟਿਕਟ 1 ਜਣੇ ਦੀ ਸਾਡੀ 30 ਜਲੋਟੀ ਦੀ ਆਈ ਆ ਅਤੇ ਬਾਕੀ ਬੱਚੇ ਦੀ ਟਿਕਟ ਵੀ ਸੇਮ ਹੀ ਲੱਗੀ ਆ ਪਰ ਉਹਨਾਂ ਨੇ ਮੰਗਿਆ ਸੀਗਾ ਆਪਣਾ ਸਟੂਡੈਂਟ ਕਾਰਡ ਜੇ ਤੁਹਾਡਾ ਬੱਚਾ ਕਿਤੇ ਵੀ ਯੂਰਪ ਦੇ ਵਿੱਚ ਪੜ੍ਹਦਾ ਆ ਸਟੂਡੈਂਟ ਕਾਰਡ ਬਣਿਆ ਹੋਇਆ ਆ ਅਤੇ ਡਿਸਕਾਊਂਟ ਹੈਗਾ ਆ 50% ਪਰ ਸਾਡੇ ਕੋਲ ਅਸੀਂ ਲੈ ਕੇ ਨਹੀਂ ਆਏ ਆਪਣਾ ਵਿਕਟੋਰੀਆ ਦਾ ਸਟੂਡੈਂਟ ਕਾਰਡ ਅਤੇ ਇਸ ਕਰਕੇ ਸਾਨੂੰ ਪੂਰੇ ਪੈਸੇ ਦੇਣੇ ਪਏ ਆ ਅਤੇ ਜੇ ਤੁਹਾਡੇ ਕੋਲ ਸਟੂਡੈਂਟ ਕਾਰਡ ਹੈਗਾ ਆ ਯੂਰਪ 'ਚ ਰਹਿੰਦੇ ਹੋ ਤਾਂ ਤੁਹਾਨੂੰ 50% ਡਿਸਕਾਊਂਟ ਮਿਲ ਸਕਦਾ ਆ ਬਾਕੀ ਹੁਣ ਅਸੀਂ ਜਾ ਰਹੇ ਹਾਂ ਥੱਲੇ ਨੈਕਸਟ ਜਰਨੀ ਸ਼ੁਰੂ ਹੋ ਗਈ ਆ ਪੋਲੈਂਡ ਦੇ ਸ਼ਹਿਰ ਬਿਆਵਿਸਟੋਕ ਦੇ ਲਈ ਅਤੇ ਜਿਹੜਾ ਬਿਆਵਿਸਟੋਕ ਆ ਵਾਰਸੋ ਵਾਂਗ ਵੀ ਬਹੁਤ ਜ਼ਿਆਦਾ ਸੋਹਣਾ ਆ ਬਿਆਵਿਸਟੋਕ ਕੀ ਮੈਂ ਕਹਿੰਦਾ ਪੋਲੈਂਡ ਦਾ ਹਰ ਇੱਕ ਸ਼ਹਿਰ ਹਰ ਇੱਕ ਕਸਬਾ ਬਹੁਤ ਹੀ ਜ਼ਿਆਦਾ ਸੋਹਣਾ ਆ ਤੁਸੀਂ ਅੱਗੇ ਆਉਣ ਵਾਲੀ ਵੀਡੀਓ ਦੇਖੋਗੇ ਬਾਕੀ ਵਾਰਸੋ ਜਿਹੜੇ ਤੁਹਾਨੂੰ ਮੈਂ ਚੀਜ਼ਾਂ ਐਕਸਪਲੋਰ ਕੀਤੀਆਂ ਨੇ ਆਈ ਹੋਪ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਬਾਕੀ ਵਾਰਸੋ ਕਾਫੀ ਵੱਡਾ ਹੈਗਾ ਆ ਇੱਕ ਦਿਨ ਵਿੱਚ ਮੁਮਕਿਨ ਨਹੀਂ ਹੈਗਾ ਸਾਰਾ ਕੁਝ ਐਕਸਪਲੋਰ ਕਰ ਸਕੀਏ ਅਤੇ ਘੱਟੋ ਘੱਟ ਵੀ 3-4 ਦਿਨ ਦਾ ਸਮਾਂ ਲੱਗੂਗਾ ਜੇ ਸਾਰਾ ਕੁਝ ਤੁਹਾਨੂੰ ਦਿਖਾਉਣਾ ਹੋਵੇ ਵਾਰਸੋ ਬਾਰੇ ਬਾਕੀ ਆਈ ਹੋਪ ਆ ਤੁਹਾਨੂੰ ਪਸੰਦ ਆਇਆ ਹੋਣਾ ਜੋ ਵੀ ਤੁਹਾਨੂੰ ਮੈਂ ਦਿਖਾਇਆ ਆ ਅਤੇ ਇੱਕ ਗੱਲ ਤੁਹਾਨੂੰ ਮੈਂ ਹੋਰ ਕਹਿਣਾ ਚਾਹੁੰਦਾ ਸੀਗਾ ਜੇ ਤੁਸੀਂ ਤੁਹਾਨੂੰ ਮੌਕਾ ਮਿਲਦਾ ਕਦੇ ਵੀ ਪੋਲੈਂਡ ਆਉਣ ਦੇ ਲਈ ਤੁਸੀਂ ਹੋਟਲ ਬੁੱਕ ਕਰਾ ਸਕਦੇ ਹੋ ਪਰ ਹੋਟਲ ਥੋੜ੍ਹੇ ਮਹਿੰਗੇ ਪੈਂਦੇ ਆ ਜੇ ਤੁਸੀਂ ਆਪਣੇ ਚੀਪ ਅਕੋਮੋਡੇਸ਼ਨ ਲੈਣੀ ਆ ਤਾਂ Airbnb ਕਰਕੇ ਤੁਸੀਂ ਆਪਣਾ ਰੂਮ ਬੁੱਕ ਕਰਾ ਸਕਦੇ ਹੋ ਜਿਨ੍ਹਾਂ ਦੀ ਕੋਸਟ 15-20 ਯੂਰੋ ਇੱਕ ਬੰਦੇ ਦੀ ਪੈਂਦੀ ਆ ਪਰ ਨਾਈਟ ਦੀ ਉਹ ਤੋਂ ਇਲਾਵਾ ਇੱਥੇ ਹੋਸਟਲ ਵੀ ਹੈਗੇ ਨੇ ਅਤੇ ਜਿਹੜੇ ਕਿ 10-12 ਯੂਰੋ ਲੈਂਦੇ ਨੇ ਪਰ ਨਾਈਟ ਦਾ ਅਤੇ ਉਹ ਥੋੜ੍ਹੇ ਚੀਪ ਪੈਂਦੇ ਨੇ ਪਰ ਉਹ ਆਪਾਂ ਨੂੰ ਕਈ ਵਾਰ ਸ਼ੇਅਰ ਕਰਨੇ ਪੈਂਦੇ ਆ ਦੂਜੇ ਲੋਕਾਂ ਨਾਲ ਸਤਿ ਸ਼੍ਰੀ ਅਕਾਲ ਜੀ ਅਤੇ ਜਿੰਦੋਬਰੇ ਪੋਲਿਸ਼ ਭਾਸ਼ਾ ਦੇ ਵਿੱਚ ਗੁੱਡ ਮੋਰਨਿੰਗ ਨੂੰ ਜਿੰਦੋਬਰੇ ਕਹਿੰਦੇ ਆ ਅਤੇ ਇਹ ਹੈਗਾ ਮਾਰਤਾ ਦਾ ਘਰ ਅਤੇ ਸਾਨੂੰ ਰਾਤੀ ਕਾਫੀ ਟਾਈਮ ਲੱਗ ਗਿਆ ਇੱਥੇ ਪਹੁੰਚਣ ਦੇ ਲਈ 10 ਵਜ ਗਏ ਸੀ ਹਨੇਰਾ ਹੋ ਗਿਆ ਸੀਗਾ ਕੱਲ੍ਹ ਅਤੇ ਇਹ ਜਿਹੜਾ ਸ਼ਹਿਰ ਹੈਗਾ ਆ ਪੋਲੈਂਡ ਦਾ ਬਿਆਵਿਸਟੋਕ ਕਰਕੇ ਸ਼ਹਿਰ ਹੈਗਾ ਆ ਜਿੱਥੋਂ ਮਾਰਤਾ ਬਿਲੋਂਗ ਕਰਦੀ ਆ ਅਤੇ ਥੋੜ੍ਹੀ ਦੇਰ ਹੋਈ ਅਸੀਂ ਉੱਠੇ ਹਜੇ ਅਤੇ ਹੁਣ ਥੋੜ੍ਹਾ ਬਹੁਤ ਚਾਹ ਕੌਫੀ ਪੀ ਕੇ ਅਤੇ ਚੱਲਦੇ ਹਾਂ ਬਾਹਰ ਅਤੇ ਤੁਹਾਨੂੰ ਮੈਂ ਦਿਖਾਉਣਾ ਅੱਜ ਦੀ ਵੀਡੀਓ ਦੇ ਵਿੱਚ ਬਿਆਵਿਸਟੋਕ ਸ਼ਹਿਰ ਇਹ ਜਿਹੜੀ ਤੁਸੀਂ ਮੇਰੇ ਪਿਛਲੇ ਪਾਸੇ ਬਿਲਡਿੰਗ ਦੇਖ ਰਹੇ ਹੋ ਇਹ ਬਿਆਵਿਸਟੋਕ ਦੀ ਪਹਿਲੀ ਟੂਰਿਸਟ ਅਟਰੈਕਸ਼ਨ ਹੈਗੀ ਆ ਵੈਸੇ ਤਾਂ ਇਹ ਇੱਕ ਮੈਡੀਕਲ ਕਾਲਜ ਹੈਗਾ ਆ ਪਰ ਇਹਦੇ ਦੋਨੇ ਪਾਸੇ ਫਰੰਟ ਅਤੇ ਬੈਕ ਸਾਈਡ 'ਤੇ ਬਹੁਤ ਸੋਹਣੇ ਗਾਰਡਨ ਬਣਾਏ ਹੋਏ ਤੁਸੀਂ ਦੇਖ ਰਹੇ ਹੋ ਪਿਛਲੇ ਪਾਸੇ ਅਤੇ ਦੋਨੇ ਪਾਸੇ ਇਹਦੇ
फुहारे वगैरह लगे हुए ने, तो छोटे छोटे तालाब भी बनाए हुए आ। तो यह यूनीवर्सिटी एक स्टूडेंट वास्ते हैगी, ये अंदर एंट्रेंस नहीं हैगी, पर इन्हें दोनों पासे जी यूनीवर्सिटी हैगी फ्रंट के बैक साइड के टूरिस्ट वास्ते अलाउड आ। कोई भी इतने आ सकता, विजिट कर सकता, बह सकता आ, अपनी फोटोग्राफी कर सकता आ। यूनीवर्सिटी के बिल्कुल बैक साइड पर एक पार्क जहा है बनया हुआ, इतने काफ़ी शांति इस पार्क के। इस टाइम तो हजे दिन चढ़िया आ, लोग घट ने इतने, पर शाम को इतने बहुत ज़्यादा भीड़ होंगी आ, क्योंकि इतने काफ़ी सोहना माहौल जहा इतने आ के शांति वाला आ। तो जोड़ा है बेविस्टॉक शहर आ, 14वीं सदी में बसना शुरू होया सीगा। तो जोड़ा बेविस्टॉक शहर आ पोलैंड का, यह नॉर्थ ईस्ट का 10वां वड्डा शहर हैगा आ पोलैंड का। तो बिल्कुल बेलारूस के बॉर्डर को पैंदा, बेलारूस काफ़ी नेड़े इतों, मैं मेरे हिसाब नाल 100 किलोमीटर भी है नहीं गा, अराउंड 80 किलोमीटर पै जाता इतों बेविस्टॉक तो बेलारूस। तो जे आप लिथुआनिया जाना हो, लिथुआनिया भी इतों काफ़ी नेड़े हैगा आ। जी पिछले पासे देखी है चर्च आ, इतने बेविस्टॉक सिटी सेंटर के बिच पैंदी आ कैथोलिक चर्च आ। वैसे तो इतने पोलैंड के काफ़ी सारे चर्च है ने, क्योंकि इतने जोड़े लोग काफ़ी धार्मिक है, बहुत ज़्यादा लोग जोड़े चर्च जाते हैं। बाकी कई कंट्रीज मैं देखे आ कि उत्थे चर्चा तो है ने, पर लोग बहुत घट जाते हैं। मे भी हो सकता विश्वास नहीं करते हैं रब च इन्हना, पर इतने के लोग बड़े धार्मिक है। सानू मैं एक होर वधिया चीज़ दिखाना इतने सिटी सेंटर के, इधर वाले देखो, ये हर एक शहर सानू पोलैंड गर्मियों मिल देखने मिल जूगा, क्योंकि जो गर्मियां होंदिया इतने समर टाइम होंदा आ। हर शहर के इदा के पैप ला के फुहारे ला आते लोगों के शावर लैन, कि लोगों को ज़्यादा गर्मी महसूस ना हो। तो आ जो सामने देख रहे हो है इतने का बेविस्टॉक शहर का सिटी सेंटर। तो इतने काफ़ी ज़्यादा रेस्टोरेंट वगैरह है, बार कैफे सारा कुछ हैगा आ। तो काफ़ी सोहना सिटी सेंटर है, तो काफ़ी लोग इतने शाम को भी इकट्ठे होंगे आ। जिहड़ा तुसीं पिछे देख रहे हो ये सिटी सेंटर के म्यूजियम आ, ते घंटाघर आ इत्थे दा जे कहां मैं देसी भाषा दे विच, बेविस्टॉक शहर का घंटाघर आ। इत्थे जदों 12 बजदे आ दुपहर नूं, इत्थे अलार्म वजदे आ, काफ़ी दूर तक सुनदा उह अलार्म आपां नूं। इत्थे बेविस्टॉक सिटी सेंटर के लोगों के इंजॉयमेंट वास्ते सारे फेमस जिहड़े बार रेस्टोरेंट ते पब हैगे आ इत्थे ही हैगे सारे। ये जी तुम मेरे पिछले चर्च देख रहे हो, ये बेविस्टॉक शहर की सेंट गरोहा चर्च हैगी, कैथोलिक चर्च आ। ये अंदर वीडियो बनाने अलाउड नहीं सी, तां करके मैं तुहानू कुछ दिखाया नहीं हैगा उहदे अंदर, चर्च के अंदर। तो इस चर्च च भी काफ़ी लोग आते हैं, तो लोगों का मानना भी जे आप इतने आ गए अपने सच्चे दिलों अपनी अरदास करते हैं, कोई भी अपनी इच्छा प्रगट करते हैं रब सामने, तो वह पूरी हो जाती है। ये तुसी देख रहे हो पिछे जाबका करके मिनी शॉप्स है, थानू पोलैंड दे विच हर एक एरिया दे विच मिल जूंगी। जे किसी ने भी अपना मोबाइल का सिम कार्ड वगैरह लेना हो विद इंटरनैट, थानू
पांच जलोटियां च मिल जूगा, 15 GB इंटरनेट हुंदा उहदे विच प्लस नंबर हुंदा आ। पांच जलोटियां च 15 GB इंटरनेट जे तुसीं ज़्यादा नहीं यूज़ करते हैगे हफ्ता नॉर्मली कट जाता आ। हैवी स्टॉक दे विच जे तुसीं किते भी जाना हैगा या सिटी घूमनी हैगी आ, तुहानूं ईजीली बस मिल जाती है इत्थों जिहदी टिकट 4 जलोटी पैंदी आ इक जणे दी। ते इहतों इलावा आपां नूं इदां दी साइकिल भी अवेलेबल हैगी इत्थे, ई साइकिल इलैक्ट्रॉनिक साइकिल, ते इहनां दा आपणे फोन 'ते डाउनलोड करके ऐप आउंदे इहदे क्यू आर नंबर पा के ते अपना जिहड़ा ई साइकिल है इलैक्ट्रॉनिक साइकिल आ किते भी आपां जा सकदे आ, नेड़े तेड़े किते भी घूमना हैगा आ। पर इहतों इलावा इत्थे पैडलिंग वाले साइकिल भी हैगे आ, तो उन्हां दी ऐप भी डाउनलोड करनी पैंदी आ। तो बट अपने को इत्थे दा पोलन का नंबर होना जरूरी आ, जे पोलन का नंबर होगा तो थोड़ा पहले दस्या ही है भी इतों तुसीं अपना नंबर बाय कर सकते हैं, तो वह नंबर अपना हैगा आ, तो ईजली आपां इन्हां साइकलों नूं हायर कर सकते हैं। तो उस तों इलावा इत्थे आह पैडलिंग वाले साइकिल भी तुहानूं दिखाउणा मैं, तुहानूं हर जगह शहर दे विच मिल जाणगे। आह पैडलिंग वाले साइकिल भी हैगी आ, उन्हां दी ऐप इत्थे हैगी लिखी भी, तो अगले पासे ऐप हैगी इन्हां दी, ਅਤੇ ਇੱਥੇ ਇਹਨਾਂ ਦਾ ਕਿਊ ਆਰ ਨੰਬਰ ਪਿੱਛੇ ਲਿਖਿਆ ਹੁੰਦਾ ਆ। ਤਾਂ ਸਕੈਨ ਕਰਕੇ ਆਪਾਂ ਸਾਈਕਲ ਆਹ ਰਾਈਡ ਕਰ ਸਕਦੇ ਹਾਂ, ਸਿਟੀ ਦੇ ਵਿੱਚ ਕਿਤੋਂ ਵੀ ਲੈ ਕੇ ਕਿਤੇ ਵੀ ਡਰੋਪ ਕਰ ਸਕਦੇ ਹਾਂ। ਅਤੇ ਇਹਨਾਂ ਦੀ ਜਿਹੜੀ ਆ 20 ਮਿੰਟ ਰਾਈਡ ਫ੍ਰੀ ਹੁੰਦੀ ਆ, ਅਤੇ 20 ਮਿੰਟ ਤੋਂ ਬਾਅਦ ਇਹਦੇ ਪੈਸੇ ਪੈਣੇ ਸ਼ੁਰੂ ਹੁੰਦੇ ਆ ਮਿੰਟ ਦੇ ਹਿਸਾਬ ਦੇ ਨਾਲ। ਅਤੇ ਬਾਕੀ ਆਪਣਾ ਅਕਾਊਂਟ ਨੰਬਰ ਇੰਟਰਨੈਸ਼ਨਲ ਕਾਰਡ ਹੋਣਾ ਜ਼ਰੂਰੀ ਆ, ਤਾਂ ਹੀ ਇਹ ਸਾਈਕਲ ਆਪਾਂ ਹਾਇਰ ਕਰ ਸਕਦੇ ਹਾਂ। ਅਤੇ ਬਾਕੀ ਇੱਥੇ ਬਿਆਵਿਸਟੋਗ ਸ਼ਹਿਰ ਦੇ ਵਿੱਚ ਵਾਰਸੋ ਸ਼ਹਿਰ ਵਾਂਗੂ ਜਿੱਦਾਂ ਵਾਰਸੋ ਦੇ ਵਿੱਚ ਟ੍ਰੈਮ ਵਗੈਰਾ ਸੀਗੀਆਂ, ਮੈਟਰੋ ਸੀਗੀਆਂ, ਇੱਦਾਂ ਇੱਥੇ ਉਹ ਫੈਸਿਲਿਟੀ ਨਹੀਂ ਹੈਗੀ ਕਿਉਂਕਿ ਇੰਨੀ ਵੱਡੀ ਸਿਟੀ ਨਹੀਂ ਹੈਗੀ ਬਿਆਵਿਸਟੋਗ, ਤਾਂ ਕਰਕੇ ਇੱਥੇ ਸਿਰਫ ਬੱਸਿਸ ਅਵੇਲੇਬਲ ਹੈਗੀਆਂ, ਜਾਂ ਫਿਰ ਈ ਸਾਈਕਲ ਆਪਾਂ ਹਾਇਰ ਕਰ ਸਕਦੇ ਹਾਂ, ਜਾਂ ਫਿਰ ਪੈਡਲਿੰਗ ਵਾਲਾ ਸਾਈਕਲ ਹਾਇਰ ਕਰ ਸਕਦੇ ਹਾਂ। ਬਾਕੀ ਟੈਕਸੀ ਵੀ ਮਿਲ ਜਾਂਦੀ ਹੈ ਬੜੀ ਈਜ਼ੀਲੀ, ਟੈਕਸੀ ਵੀ ਇੰਨੀ ਮਹਿੰਗੀ ਨਹੀਂ ਹੈਗੀ, ਪਰ ਬੈਟਰ ਆ ਵੀ ਆਪਾਂ ਜੇ ਬੱਸ ਰਾਹੀਂ ਸਫ਼ਰ ਕਰਦੇ ਹਾਂ ਤਾਂ ਬਹੁਤ ਜ਼ਿਆਦਾ ਸਸਤਾ ਪੈਂਦਾ ਆ, ਅਤੇ ਆਹ ਸਾਈਕਲ ਵੀ ਇੰਨੇ ਮਹਿੰਗੇ ਨਹੀਂ ਹੈਗੇ। ਕਿੱਡੇ ਵੱਡੇ ਵੱਡੇ ਦਰੱਖਤ ਲੱਗੇ ਹੋਏ ਨੇ, ਐਕਚੁਲੀ ਹਰ ਇੱਕ ਏਰੀਏ ਦੇ ਵਿੱਚ ਇੱਥੇ ਇੱਦਾਂ ਦਰੱਖਤ ਲੱਗੇ ਹੋਏ ਨੇ, ਹਰਿਆਲੀ ਕਾਫੀ ਹੈਗੀ ਇੱਥੇ, ਸਾਰੇ ਯੂਰਪ ਦੇ ਵਿੱਚ ਇੱਦੀ ਆ। ਅਤੇ ਹੁਣ ਇੱਥੇ ਆ ਆਹ ਬਿਆਵਿਸਟੋਗ ਸ਼ਹਿਰ ਦੀ ਜ਼ੂ ਹੈਗੀ ਆ, ਛੋਟੀ ਜਿਹੀ ਜ਼ੂ ਆ, ਜ਼ਿਆਦਾ ਵੱਡੀ ਨਹੀਂ ਹੈਗੀ। ਅਤੇ ਇੱਥੇ ਥੋੜ੍ਹੇ ਬਹੁਤ ਇਹਨਾਂ ਨੇ ਪੰਛੀ ਜਾਨਵਰ ਰੱਖੇ ਹੋਏ ਨੇ। ਅਤੇ ਇੱਥੇ ਸਾਹਮਣੇ ਹੈਗਾ ਆ ਉੱਲੂ ਰੱਖਿਆ ਹੋਇਆ, ਇੱਥੇ ਤੁਹਾਨੂੰ ਦਿਖਾਉਂਦਾ ਮੈਂ ਜ਼ੂਮ ਕਰਕੇ, ਉਹ ਬੈਠਾ ਉੱਲੂ। ਅਤੇ ਇੱਧਰਲੇ ਪਾਸੇ ਪਤਾ ਨਹੀਂ ਖਾਲੀ ਆ ਸ਼ਾਇਦ। ਅਤੇ ਜਿਹੜੀ ਇਹ ਜ਼ੂ ਹੈਗੀ ਆ ਬਿਲਕੁਲ ਫ੍ਰੀ ਆ ਬਿਆਵਿਸਟੋਗ ਦੇ ਵਿੱਚ, ਇਹਦਾ ਕੋਈ ਵੀ ਪੈਸਾ ਨਹੀਂ ਹੈਗਾ, ਫ੍ਰੀ ਆਫ ਕੋਸਟ ਆ, ਜਸਟ ਬੱਚਿਆਂ ਦੇ ਐਂਟਰਟੇਨਮੈਂਟ ਵਾਸਤੇ ਇਹ ਬਣਾਇਆ ਹੋਇਆ। ਇੱਧਰ ਦੇਖੋ ਕਿੱਡਾ ਵੱਡਾ ਉੱਲੂ ਬੈਠਾ, ਇੱਧਰ ਖਤਰਨਾਕ ਤਰੀਕੇ ਨਾਲ ਦੇਖ ਰਿਹਾ। ਬਾਕੀ ਕਹਿੰਦੇ ਆ ਵੀ ਇਹ ਉੱਲੂਆਂ ਨੂੰ ਦਿਨ ਵਿੱਚ ਦੀਦਾ ਨਹੀਂ ਹੈ, ਪਤਾ ਨਹੀਂ ਸੱਚ ਆ ਕਿ ਝੂਠ ਆ, ਇਹ ਤਾਂ ਰੱਬੇ ਜਾਣਦਾ ਹੈ ਨਾ। ਅਤੇ ਇੱਧਰਲੇ ਪਾਸੇ ਇਹਨਾਂ ਨੇ ਦਿਖਾਇਆ ਭਾਲੂ, ਇੱਥੇ ਭਾਲੂ ਮੇ ਬੀ ਯਾਰ ਉਹ ਸਾਹਮਣੇ ਆ ਉੱਧਰ ਭਾਲੂ, ਤੁਹਾਨੂੰ ਮੈਂ ਕੋਲ ਜਾ ਕੇ ਦਿਖਾਉਂਦਾ ਆ। ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ, ਇੱਧਰ ਇਹਨਾਂ ਨੇ ਆਹ ਬੱਕਰੀ ਰੱਖੀ ਹੋਈ ਆ, ਇੱਧਰ ਬੱਕਰੀਆਂ ਅੰਦਰ ਵੀ ਆ, ਇੱਧਰ ਵਧੀਆ ਸਾਰਾ ਕੁਛ, ਮਤਲਬ ਕਾਫੀ ਸ਼ਾਂਤੀ ਜਿਹੀ ਆ ਇੱਥੇ ਜ਼ੂ ਦੇ ਵਿੱਚ। ਇੱਥੇ ਇਹਨਾਂ ਨੇ ਖਰਗੋਸ਼ ਰੱਖੀ ਹੋਈ ਆ, ਆਹ ਬੈਠਾ ਖਰਗੋਸ਼ ਅੰਦਰ ਵੀ ਬੈਠਾ, ਇਹ ਆ ਇੱਕ ਬਾਹਰ ਆ, ਆਹ ਛੋਟਾ ਜਿਹਾ ਬੈਠਾ ਇੱਥੇ, ਤੁਹਾਨੂੰ ਦਿਖ ਰਿਹਾ ਹੋਣਾ ਮੇਰੇ ਹਿਸਾਬ ਨਾਲ ਗ੍ਰੇ ਜਿਹੇ ਕਲਰ ਦਾ। ਇੱਥੇ ਪਤਾ ਨਹੀਂ ਇੱਥੇ ਪਹਿਲਾਂ ਇਹਨਾਂ ਨੇ ਰੱਖੇ ਹੋਏ ਸੀਗੇ ਸੂਰ ਵਗੈਰਾ, ਸ਼ਾਮ ਕਰਕੇ ਮੈਨੂੰ ਲੱਗਦਾ ਅੰਦਰ ਵੜ ਗਏ। ਹਾਂ ਉਹ ਸਾਹਮਣੇ ਬੈਠਾ, ਇੱਧਰ ਆਹ ਬੱਤਕਾਂ ਵਾਸਤੇ ਇਹਨਾਂ ਨੇ ਇੱਧਰ ਬਣਾਇਆ ਹੋਇਆ। ਇੱਧਰ ਸ਼ਤਰ ਮੁਰਗ ਹੈਗੇ ਆ ਅੰਦਰ ਬੈਠੇ,
सारे मैं लगता बेचारे गर्मी करके अंदर बड़े हुए ने क्योंकि मौसम गर्मी बहुत आ ते इधरले पास आप नहीं की चीज़ हैगी है ये जिदा अपने मुर्गे उदा दे पता नहीं क्या चीज़ है मैं तो पता नहीं लिखा वा इन्होंने सुपा पता नहीं की चीज़ है यदा की नहीं है।